इंज नहीं, अगरचे मजमे दी आमद दा वक्त है, मगर काफ़ी मोमिन पाक इमाम बारगाह वे तशरीफ फरमाओ। सलवात दा पढ़ना अजीम इबादत है, ऊँचे आवाज़ नाल सलवात पढ़ो। जितने मोमिन आजादार सैयद हुई उम्मती इस पाक मजलिस से तशरीफ फरमाओ, सैयद होने की हैसीयत दे नाल, हुसैन बादशाह दा जाकिर होने की हैसीयत दे नाल, मिंबर रसूल ते खड़के जनाब दे वतन दी सरजमीन ते खड़के दुआ पिया करदा, मालिक कायनात तुहाडा इस मकाम में मुकद्दस ते टुराया मंजूर फरमाए, मालिक ही जिक्र दा सदका तुहाको दुनियावी गमां तो महफूज रखे। मालिक मेरे भाई काबिल इज्जत काबिल एहतराम मलिक मुरीद अब्बास दे बच्चे दी हयाती दराज फरमाए, नाल भीरावां पुत्रां दोस्त अहबाबां दे ताकिया मत वस्ता रखे, और जिस शहीद दी बरसी है मालिक उन्दे दर्जात बुलंद फरमावे। हुण आसे पासे नियाज़े मौला पाक मजलिस दा वास्ता ही वे, मैं तो पहले आके ना मजमे दी आमद दे वक्ते, फिर भी काफ़ी मोमिन मेरे सामने तशरीफ फरमाओ, मगर मेरी एक गुजारिश है, इल्तमास है कि जितने मोमिन आजादार मेरे सामने तशरीफ फरमाओ, पूरी तवज्जो मैं सैयद दे पासे रखो, पहले बंदे को ला के आखिरी बंदे तक जितना जितना जनाब दे ज़हन दे विच आले मुहम्मद बुलंद न उतनी बुलंद सलवात। नारे तकबीर मोहम्मद वाले मोहम्मद दे खालिक दा नाम सब तो बुलंद है, सारे मिल के जवाब दो, नारे तकबीर नारे रिसालत नारे रिसालत नारे हैदरी फिर भी नारे हैदरी बावाज बुलंद सलवा। आऊज़ बिल्लाह मिन शैतान रजीम बिस्मिल्लाह मजलिस से चाहे बैठे हो, जितना हुसैन बादशाह नाल गर्ज आई वे उतने ऊंचे आवाज नाल सलवात चपड़ो। वाज कर फिल किताब मूसा इन्नहु कान मुखलसा में थी गए तवज्जो है मैं सैयद दे पासे। बिस्मिल्लाह इजाजत है नौकरी शुरू करा से जितना वक्त मिले, क्योंकि बानी दी हैसियत है चा जाकरीन दी कसरत दा मुकम्मल एहसास मेरे जहन चे, जितना वक्त मिले पांच मिनट छोड़ दे होना चाहना, तू समझे ता आए अबुल बशर ते को राज समझ विच आ सकदे ने। पूरी तवज्जो तसल्ली नाल लफ्ज थोड़े पढ़सा, जितने थोड़े लफ्ज पढ़सा उतना तसल्ली नाल पढ़सा। भजन पहली लाइन पढ़ी तू समझे ता आए अबुल बशर
ਤੇ ਕੋ ਰਾਜ਼ ਸਮਝ ਵਿੱਚ ਆ ਸਕਦੇ ਨੇ। ਈਦ ਦਾ ਰੋਜ਼ ਏ, ਮੁਲਤਾਨ ਵਾਲਿਓ ਜਿਬਰੀਲ ਪਰਵਾਜ਼ ਕਰਦਾ ਕਰਦਾ ਜੰਨਤ ਦੇ ਦਰਵਾਜ਼ੇ 'ਤੇ ਆਏ। ਜੰਤੀ ਜੋੜੇ ਜੰਤੀ ਕੱਪੜੇ ਚਾ ਕੇ ਜਣ ਵਾਪਸ ਪਰਵਾਜ਼ ਸ਼ੁਰੂ ਕੀਤੀ ਇਸ ਜਨਾਬ ਆਦਮ ਕੋਲ ਆ ਕੇ ਦਿਨ ਜਿਬਰੀਲ ਜੰਤੀ ਲਿਬਾਸ ਚਾ ਕੇ ਜੰਤੀ ਕੱਪੜੇ ਚਾ ਕੇ ਉਬਾਲਾ ਉਬਾਲਾ ਜਲਦੀ ਜਲਦੀ ਕਿਨ ਤਿਆਰ ਏ। ਥੋੜ੍ਹਾ ਜਿਹਾ ਮੇਰੇ ਨਾਲ ਬੁਲੇ ਸੋ, ਥੋੜ੍ਹਾ ਜਿਹਾ। ਜਿਬਰੀਲ ਜੰਤੀ ਲਿਬਾਸ ਚਾ ਕੇ ਜੰਤੀ ਲਿਬਾਸ ਚਾ ਕੇ ਜੰਤੀ ਕੱਪੜੇ ਚਾ ਕੇ ਉਬਾਲਾ ਉਬਾਲਾ ਜਲਦੀ ਜਲਦੀ ਕਿਨ ਤਿਆਰ ਏ। ਜਨਾਬ ਜਿਬਰੀਲ ਦੀ ਆਵਾਜ਼ ਆਦਮ ਤੇ ਕੋ ਨਹੀਂ ਪਤਾ ਸਦੀਕਾ ਕੁਬਰਾ ਮਖਦੂਮਾ ਸੈਣ ਦੇ ਮੂੰਹ ਵਿੱਚੋਂ ਨਿਕਲ ਗਏ ਹਸਨੈਨ ਤੁਹਾਡੇ ਲਿਬਾਸ ਦਰਜ਼ੀ ਦੇ ਕੋਲ ਹੈ। ਇੰਝ ਨਹੀਂ ਮੁਲਤਾਨ ਏ ਜ਼ਾਕਰੀ ਦਾ ਲਖਨਊ ਏ, ਲਫਜ਼ਾਂ ਦੇ ਕਦਰਦਾਨ ਬੈਠੇ ਹੋ। ਜਿਬਰੀਲ ਦੀ ਆਵਾਜ਼ ਆਦਮ ਤੇ ਕੋ ਨਹੀਂ ਪਤਾ ਸਦੀਕਾ ਕੁਬਰਾ ਮਖਦੂਮਾ ਸੈਣ ਦੇ ਮੂੰਹ ਵਿੱਚੋਂ ਨਿਕਲ ਗਏ ਹਸਨੈਨ ਤੁਹਾਡੇ ਲਿਬਾਸ ਦਰਜ਼ੀ ਦੇ ਕੋਲ। ਮੈਂ ਜੰਤੀ ਕੱਪੜੇ ਚਾ ਕੇ ਜੰਤੀ ਲਿਬਾਸ ਚਾ ਕੇ ਸਰਜ਼ਮੀਨ ਮਦੀਨਾ ਤੇ ਦਰੇ ਬਤੂਲ ਤੇ ਪਿਆ ਵੇਨਾ। ਮੁਲਤਾਨ ਵਾਲੇ ਜਨਾਬ ਜਿਬਰੀਲ ਟੁਰ ਗਏ। ਆਦਮ ਸਜਦੇ ਰਬਾਨੀ ਸਰ ਰੱਖ ਕੇ ਦੇ ਮਾਲਿਕ ਕਾਇਨਾਤ, ਕਿਆ ਤੇਰਾ ਨਿਜ਼ਾਮ ਬਦਲ ਗਏ? ਕਿਆ ਤੇਰੇ ਅਸੂਲ ਤਬਦੀਲ ਹੋ ਗਏ? ਖਾਲਕ ਦੀ ਆਵਾਜ਼ ਇਹ ਕਿਵੇਂ ਆਦਮ? ਆਦਮ ਦੀ ਆਵਾਜ਼ ਇਹ ਮਾਲਿਕ ਮੈਂ ਇੱਕ ਦਲੀਲ ਦੇਣਾ। ਖਾਲਕ ਦੀ ਆਵਾਜ਼ ਇਹ ਆਦਮ ਦੇ ਦਲੀਲ। ਆਦਮ ਦੀ ਆਵਾਜ਼ ਇਹ ਮਾਲਿਕ ਜਣ ਮੈਂ ਆਦਮ ਕੋ ਜੰਨਤ ਬਦਰ ਕੀਤਾ ਵੀ, ਜਣ ਮੈਂ ਆਦਮ ਕੋ ਜੰਨਤ ਚੋਂ ਕੱਢਿਆ ਵੀ, ਮੈਂ ਜੰਤੀ ਲਿਬਾਸ ਪਾ ਕੇ ਜੰਤੀ ਕੱਪੜੇ ਪਾ ਕੇ ਦੁਨੀਆਂ ਤੇ ਵੰਜਣ ਲੱਗਾਮ। ਝਿੜਕ ਦੇ ਕੇ ਫਰਮਾਇਆ ਵੀ ਆਦਮ ਜੰਨਤ ਦਾ ਲਿਬਾਸ ਲਹਾ, ਜੰਨਤ ਦਾ ਲਿਬਾਸ ਦੁਨੀਆਂ ਤੇ ਨਹੀਂ ਬਣ ਸਕਦਾ। ਬੜੀ ਮਿਹਰਬਾਨੀ, ਜੰਨਤ ਦਾ ਲਿਬਾਸ ਦੁਨੀਆਂ ਤੇ ਨਹੀਂ ਬਣ ਸਕਦਾ। ਮਾਲਿਕ ਅੱਜ ਆਪ ਜਿਬਰੀਲ ਕੋ ਭੇਜੇ। ਜਿਬਰੀਲ ਜੰਤੀ ਕੱਪੜੇ ਚਾ ਕੇ ਜੰਤੀ ਲਿਬਾਸ ਚਾ ਕੇ ਸਰਜ਼ਮੀਨ ਮਦੀਨਾ ਤੇ ਦਰੇ ਬਤੂਲ ਤੇ ਪਿਆ ਵੇਂਦੇ। ਮਾਲਿਕ ਇਹ ਜਿਹੜਾ ਮਦੀਨਾ ਇਹ ਜ਼ਮੀਨ ਤੇ ਨਹੀਂ, ਖਾਲਿਕ ਦੀ ਆਵਾਜ਼ ਇਹ ਜ਼ਮੀਨ ਤੇ। ਇਹ ਜਿਹੜਾ ਬਤੂਲ ਦਾ ਵੇੜ ਹੈ ਇਹ ਮਦੀਨੇ ਨਹੀਂ, ਖਾਲਿਕ ਦੀ ਆਵਾਜ਼ ਇਹ ਮਦੀਨੇ। ਵਲ ਜਿਬਰੀਲ ਦੀ ਆਦਮ ਦੀ ਆਵਾਜ਼ ਇਹ ਮਾਲਿਕ ਵਾ ਤੇਰਾ ਨਿਜ਼ਾਮ ਬਦਲ ਨਹੀਂ ਗਿਆ। ਖਾਲਿਕ ਦੀ ਆਵਾਜ਼ ਇਹ ਤੂੰ ਸਮਝੇ ਤਾਂ ਆਏ ਅਬੁਲ ਬਸ਼ਰ ਤੇ ਕੁਰਾਸ ਸਮਝ ਵਿੱਚ ਆ ਸਕਦੇ ਨ, ਹਿੰਨ ਫਰਕ ਜ਼ਵਾਰ ਹੈਸੀਅਤ ਦੇ ਉਹ ਖਾਸ ਲਿਬਾਸ ਹੰਡਾ ਸਕਦੇ ਨ। ਥੋੜ੍ਹਾ ਜਿਹਾ ਬੋਲ ਪਵੋ, ਥੋੜ੍ਹਾ ਜਿਹਾ ਵਸਦੇ ਰਹੋ, ਆਬਾਦ ਰਹੋ। ਤੂੰ ਸਮਝੇ ਤਾਂ ਆਏ ਅਬੁਲ ਬਸ਼ਰ ਤੇ ਕੁਰਾਸ ਸਮਝ ਵਿੱਚ ਆ ਸਕਦੇ ਨ, ਹਿੰਨ ਫਰਕ ਜ਼ਵਾਰ ਹੈਸੀਅਤ ਦੇ ਉਹ ਖਾਸ ਲਿਬਾਸ ਹਟਾ ਸਕਦੇ ਨ। ਖਾਲਕ ਦੀ ਆਵਾਜ਼ ਤੂੰ ਜੰਨਤ ਦਾ ਇੱਕ ਵਾਸੀ ਹੈ ਪੂਰੀ ਤੁਝੋ ਆਦਮ, ਤੂੰ ਜੰਨਤ ਤੇ ਚਰਾਣ ਵਾਲਾ ਬਸ ਇੱਕ ਫਰਦ ਹੈ ਆਦਮ, ਤੂੰ ਜੰਨਤ ਦਾ ਇੱਕ ਵਾਸੀ ਹੈ, ਤੂੰ ਬਸ ਜੰਨਤ ਵਿੱਚ ਪਾ ਸਕਦੇ। ਉਹ ਜੰਨਤ ਦੇ ਸ਼ਹਿਜ਼ਾਦੇ ਹਨ, ਉਹ ਜਿੱਤ ਚਾਹੇ ਨੇ ਮੰਗਵਾ ਸਕਦੇ ਨ। ਬੜੀ ਮਿਹਰਬਾਨੀ, ਇਤਨਾ ਤਾਂ ਦੇਰ ਲੱਗਦੀ ਹੈ, ਬਸ ਦੁਆ ਮਿਲ ਗਈ। ਤੂੰ ਜੰਨਤ ਦਾ ਇੱਕ ਵਾਸੀ ਹੈ, ਤੂੰ ਬਸ ਜੰਨਤ ਵਿੱਚ ਪਾ ਸਕਦੇ। ਉਹ ਜੰਨਤ ਦੇ ਸ਼ਹਿਜ਼ਾਦੇ ਹਨ, ਉਹ ਜੰਨਤ ਦੇ ਸ਼ਹਿਜ਼ਾਦੇ ਹਨ, ਉਹ ਜਿੱਤ ਚਾਹੇ ਨ ਮੰਗਵਾ ਸਕਦੇ ਨੇ। ਖਾਲਕ ਦੀ ਆਵਾਜ਼ ਕੋਈ ਸ਼ੱਕ ਨਹੀਂ, ਜ਼ੀ ਤੌਕੀਰ ਹੈ ਤੂੰ ਆਦਮ, ਮੈਂ ਤੇਰੇ ਕੋ ਬੜੇ ਇਜ਼ਤ ਆ ਕੀਤੇ ਹਨ। ਤੂੰ ਅਬੂ ਅਲ ਬਸ਼ਰ ਹੈ, ਤੂੰ ਬਸ਼ਰੀਅਤ ਦਾ ਬਾਪ ਹੈ ਆਦਮ, ਤੂੰ ਮੇਰੀ ਕਾਇਨਾਤ ਚ ਮੇਰਾ ਪਹਿਲਾ ਖਲੀਫਾ ਹੈ ਆਦਮ। ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ, ਜੀ ਤੌਕੀਰ ਹੈ ਤੂੰ, ਪਰ ਇਤਨਾ ਜੀ ਤੌਕੀਰ ਨੀ ਵੀ ਮੇਰੇ ਨਾਲ। ਤੂੰ ਸੋਚ ਕੇ ਬੋਲ ਜ਼ਰਾ, ਤੂੰ ਆਦਮ ਹੈ ਸ਼ਬੀਰ ਨੀ ਵੀ। ਬੜੀ ਮਿਹਰਬਾਨੀ, ਬੇਸ਼ੁਮਾਰ ਅੱਲਾਹੁਮਾ।
आदम कोई शक नहीं जी तौकीर है तू, पर इतना जी तौकीर नहीं भी मेरे नाल तू सोच के बोल जरा, तू आदम है शब्बीर नहीं भी। अच्छा भाई मुस्तफा जरूरी नहीं ये पूरा इमाम बारगाह भरया हुआ है ना मोमिनीन नाल, तो जाकिर नाल इतने मोमिन बुलेंदे बैठे हुए ना जितने हुण तुसा मेरे सामने तशरीफ फरमाओ, ते बहरले को पता लग गया पूरा पिंडाल पूरा इमाम बारगाह में जितने मोमिन आए बैठे सारे जाकिर को दाद देने बैठे ने बुलेंदे बैठे ने पूरी तवज्जो तुहाडी मोहब्बत को देख के मैं छी लेना जनाब को बियां सुनवा देना कसीदे दी जात है पूरी तवज्जो मैं सैयद दे पासे रखनी है। जनाब जिब्रील परवाज की थी, परवाज करदा करदा सरजमीन मदीना ते दरे सैयदा ते आया, दकल बाब कीता, जनाब फिजा पूछा कौन, देख क्या दे आना खयातुल हसनैन मैं हसनैन दा दर्जी हां, थोड़ा जिया बोला मुल्तान है मुल्तान है मैं हसनैन दा दर्जी, जनाब फिजा दी आवाज दर्जी हाली इंतजार कर अजन मैं बर्तन धोवण च मसरूफ हां, होंदे तो लफ्ज न भाई जान होंदे तो लफ्ज न, इंतजार कर अजन में बर्तन धोवण च मसरूफ हां। मुल्तान आले कुछ देर गुजर गई फिर दकल बाब होया फिर पूछा कौन, अजयाना खयातुल हसनैन मैं हसनैन दा दर्जी, जनाब फिजा दी आवाज दर्जी हाली भी इंतजार कर अजन हसनैन को कंघिया देवण च मसरूफ हां, जना के ना बार बार इंतजार कर बार बार इंतजार कर। जनाब जिब्रील दी आवाज़ ये भेण फिजा कोई शक नहीं सैदन दे दर ते तेरा बहुत बड़ा मर्तबा है बड़ी इज्जत अजमत दी मालिक है, ठीक है अज मैं दर्जी बढ़ के आया पर मेरे को तो सुझान जो मैं कौन आ। मुल्तान आले मरकजी ख्याल मरकजी तखयल यो जो मैं जनाब के सामने पढ़ना चाहना, जनाब फिजा एक गल सुनी जिब्रील दी गल केड़ी आई, आज मैं दर्जी बढ़ के आया पर मेरे को सुजान मैं कौन आ, तारीख दी हबश दी मलका को जलाल है मेरी सैन फिजा, जनाब जिब्रील दे पासे ने कह दिन तू मुकर्रब फरिश्ता खुदा दा मगर मैं भी तौकीर अपनी दिखा सकती हूं, पूरी तवज्जो मैं सैयद दे पासे पूरी तवज्जो, तू मुकर्रब फरिश्ता खुदा दा मगर मैं भी तौकीर अपनी दिखा सकती हूं, ढेर जल्दी हो भी तो तू वल मंजू नहीं ते जे ढेर दर्जी मंगा सकती हूं। बड़ी मेहरबानी ख्याल जहन चौहट तो नहीं गया, तू मुकर्रम फरिश्ता खुदा दा मगर मैं भी तौकीर अपनी दिखा सकती हूं, ढेर जल्दी हो भी तो तू वल मंजू नहीं तेंजे ढेर दर्जी मंगा सकती हां, सैन दी आवाज ये मैं नौकर ते जिब्रील सैदा दियां तेरे उत्ते ता आर्डर चला सकती हां, मेरे अख्तियार पूछ दे तब भई तक ते को जहरा दे दर ते खड़ा सकती हां, मेरे अख्तियार पूछ दे तब भई तक ते को जहरा दे दर ते खड़ा सकती हां। और जनाब फिजा दी आवाज जिब्रील यही जहरा दा दर कोई सिदरा नीवी बोल होले हकीकत को तस्लीम कर, मेरे पुत्रा दा नौकर जवार आज तू है हुण फखर ना दिखा मेरी ताजीम कर, आज तू उन्हां दा दर्जी बढ़ के है जेड़े दीन विच मेरे को कई दफा मां सड़े ने, मेहरबानी दी हैसियत चा बहुत ज्यादा जल्दी बेच हम मिन्नत करके अपने भिरा दी अपने स्टेट सेक्रेटरी भाई दी बानी दी मेहरबानी फरमाई ने एहसान किते ने, फरमा गया है कोई सना खान पंजतन कीवें भुले सो सांग ते होवण हुसैन दा, दुनिया दे विच जवार डू कम अजीम हिन
ਪੜ੍ਹਨਾ ਨਮਾਜ਼ ਦਾ, ਰੋਵਣ ਹੁਸੈਨ। ਸਦਕੇ ਥੀਏ ਮੈਂ ਲੱਖ ਦਫ਼ਾ ਆਖਾਂ, ਲੱਖ ਦਫ਼ਾ ਦੁਨੀਆ ਦੇ ਵਿੱਚ ਜ਼ਵਾਰ ਲੂ ਕੰਮ ਅਜ਼ੀਮ ਹੈ, ਪੜ੍ਹਨਾ ਨਮਾਜ਼ ਦਾ, ਰੋਵਣ ਹੁਸੈਨ। ਪੜਦਾ ਪੀਆ ਪੜ ਨਮਾਜ਼ ਸੁਬੋ ਦੀ ਸੈਯਦ, ਤਸੱਲੀ ਨਾਲ ਪੜ ਨਮਾਜ਼ ਸੁਬੋ ਦੀ ਸੈਯਦ। ਤੇ ਡੂ ਵੱਖਰੇ ਸਜਣ ਬੁਲਾਏ, ਹੱਥ ਨ ਪੀਬਾ ਸਤੇ ਅਕਬਰ ਦਾ, ਵੋ ਬੇਟਾ ਖਾਕ ਤੇ ਚੰਨ ਇੰਜ ਨਹੀਂ, ਜਿਵੇਂ ਅਤਾਏ ਉਵੇਂ ਤਿਆਰੀ ਕਰਾਂ। ਮੈਂ ਪਿਆ ਪੜਦਾ ਪੜ ਨਮਾਜ਼ ਸੁਬੋ ਦੀ ਸੈਯਦ, ਓਡੂ ਵੱਖਰੇ ਸੱਜਣ ਬੁਲਾਏ, ਹੱਥ ਨਾ ਪੀਬਾ ਸਤੇ ਅਕਬਰ ਦਾ, ਵੋ ਬੇਟਾ ਖਾਕ ਤੇ ਚੰਨ ਨਾ ਤੂੰ ਹੋਸੈ ਨਾ ਮੈਂ ਹੋਸਾ ਕਿਨ ਵੇਸੀ ਆਇਆ ਨਦੀ ਮਾ। ਬਸਤੇ ਰਹੋ, ਬਹੁਤ ਸੋਹਣਾ ਇਸਤਕਬਾਲ ਕੀਤੇ ਵੇ, ਹੇ ਕੰਜ ਆ ਗਈ ਇੱਕ ਬਈਆ ਵਨੇ, ਤੁਹਾਡੀ ਤੇ ਮੇਰੀ ਬਖਸ਼ਿਸ਼ ਦਾ ਜ਼ਰੀਆ ਬੜ ਵਨੇ। ਮੁਲਤਾਨ ਵਾਲਿਓ ਕਰਬਲਾ ਦੇ ਮੈਦਾਨ ਵਿੱਚ ਨਾਮੀ ਦਾ ਦੀਂ ਢੱਲੇ, ਦੀਂ ਦਾ ਢੱਲਣਾ ਜ਼ੀਨ ਢੱਲੀਏ, ਜ਼ੀਨ ਦਾ ਢੱਲਣਾ ਸਵਾਰ ਢੱਲੇ, ਸਵਾਰ ਦਾ ਢੱਲਣਾ ਹਾ ਚਵਿਠ ਮਸਤੂਰ ਦਾ ਬਖਤ ਢੱਲ ਗਏ। ਉਹ ਮੈਂ ਸਦਕੇ ਥੀ ਵੰਨਾ, ਚਵਿਠ ਮਸਤੂਰ ਦਾ ਭਜਨ ਬਖਤ ਢਲ ਗਏ। ਕੁਸ ਗਿਆ ਹੁਸੈਨ ਕਰਬਲਾ ਦੇ ਮੈਦਾਨ ਵਿੱਚ, ਹੁਸੈਨ ਦੀ ਸ਼ਹਾਦਤ ਤੋਂ ਬਾਅਦ ਸ਼ਿਮਰ ਫੌਜਾਂ ਵਿੱਚ ਐਲਾਨ ਕੀਤੇ, ਲੂਟੋ ਲੂਟੋ ਤਬਰੁਕਾਤ ਅਲੀ ਓ ਬਤੂਲ ਕੋ, ਕੈਦੀ ਬਣਾ ਕੇ ਲੈ ਚਲੋ ਆਲੇ ਰਸੂਲ ਕੋ। ਮਰਜ਼ੀ ਨਾਲ ਲੁਟੇਂਦੇ ਰਹਿ ਗਏ ਜੋ ਰੋਕਣ ਵਾਲਾ ਕੋਈ ਨਾ, ਝੋਲੀ ਫੈਲਾ ਕੇ ਲਵ ਸੁਣ, ਮੈਂ ਕਾਫੀ ਵਕਤ ਬਚਾ ਆਇਆ। ਮਰਜ਼ੀ ਨਾਲ ਲੁਟੇਂਦੇ ਰਹਿ ਗਏ ਜੋ ਰੋਕਣ ਵਾਲਾ ਕੋਈ ਨਾ, ਭਜਨ ਜਣ ਮਰਜ਼ੀ ਨਾਲ ਲੁੱਟ ਕੇ ਬਹਿ ਰੱਖਣੇ ਨਾ। ਉਮਰ ਇਬਨੇ ਸਾਧ ਇੱਕ ਔਰਤ ਕੋ ਸੱਦੇ, ਅਦੇ ਮਰਜ਼ੀ ਨਾਲ ਲੁੱਟੇ ਸੇ, ਸਾਕੋ ਰੋਕਣ ਵਾਲਾ ਕੋਈ ਨਾ, ਮਗਰ ਅਲੀ ਦੇ ਘਰ ਬਾਦਸ਼ਾਹਾਂ ਦੇ ਧੀਆਂ ਵੀ ਹਨ, ਸ਼ਹਿਨਸ਼ਾਹਾਂ ਦੇ ਧੀਆਂ ਵੀ ਹਨ। ਅਲੀ ਖੁਦ ਵੀ ਕਾਇਨਾਤ ਦਾ ਸਭ ਤੋਂ ਵੱਡਾ ਅਮੀਰ ਆ, ਵਨ ਖਯਾਮ ਦਾ ਜਾਇਜ਼ਾ ਘੇਨਾ ਮੱਤਾ, ਕੋਈ ਚੀਜ਼ ਬਚ ਗਈ ਹੋਵੇ ਮੁਲਤਾਨ ਵਾਲਿਓ ਇਹ ਔਰਤ ਅੰਦਰ ਆਈਏ, ਖਯਾਮ ਦਾ ਜਾਇਜ਼ਾ ਕੀ ਦਿਸ ਵਤ ਵਾਪਸ ਵਲੀਏ। ਆਦਿ ਇਹ ਸੁਣ ਉਮਰ ਆਪਣੇ ਸਾਥ ਨਾਮ ਇਸ ਰੁਬਾਬ, ਇਮਰਾਉਲ ਕੈਸ ਦੀ ਧੀਏ ਹੁਸੈਨ ਦਾ ਹਰਾਮੇ, ਅਲੀ ਅਸਗਰ ਦੀ ਮਾਂ ਏ, ਛੋਟੀ ਜਿਹੀ ਗਾਂਢੇ ਜ਼ਾਨੂ ਤਲੇ ਦੇ ਕੇ ਰੋਂਦੀ ਬੈਠੀ ਏ। ਮੁਲਤਾਨ ਵਾਲਿਓ ਹੁਣ ਰੋਵੋ ਜਾਂ ਨਾ ਰੋਵੋ, ਮੁਕੱਦਰ ਦੀ ਗੱਲ ਏ, ਝੋਲੀ ਫੈਲਾ ਕੇ ਸੈਯਦ ਦੇ ਲਫ਼ ਸੁਣੇ, ਜਾਣਾ ਹੀ ਆਖੇ ਨਾ ਇਮਰਾਉਲ ਕੈਸ ਦੀ ਧੀ ਏ ਹੁਸੈਨ ਦਾ ਹਰਾਮੇ, ਅਲੀ ਅਸਗਰ ਦੀ ਮਾਂ ਏ, ਛੋਟੀ ਜਿਹੀ ਗਾਂਢੇ ਜ਼ਾਨੂ ਤਲੇ ਦੇ ਕੇ ਰੋਂਦੀ ਬੈਠੀ ਏ। ਇਜ਼ਾਲੇ ਮੁਬਾਲੇ ਕਦਮ ਚਾਹ ਕੇ ਖੈਮੇ ਦੇ ਦਰਵਾਜ਼ੇ 'ਤੇ ਆਏ, ਹਕਲ ਮਾਰ ਕੇ ਦਿਓ ਅਲੀ ਦੀਆਂ ਨੂੰਹਾਂ ਅਤੇ ਧੀਆਂ, ਖਸੂਸਨ ਮਾਦਰ ਯਸਗਰ
ਜਿਹੜੀ ਚੀਜ਼ ਬਚ ਗਈ ਵੇ ਖਯਾਮ ਦੇ ਬਹਿਰ ਸੱਟੋ, ਨਾ ਤਾਂ ਫੌਜ ਦੁਬਾਰਾ ਖਯਾਮ 'ਚ ਦਾਖਿਲ ਹੋਵੇ ਸੀ। ਮੁਲਤਾਨ ਵਾਲੇ ਜਣ ਇਹ ਜੁਮਲੇ ਸੁਣੇ ਨਾ ਲਜਪਾਲ ਅਲੀ ਦੀ ਲਜਪਾਲ ਦੀ, ਇਵੇਂ ਤਲੀਆਂ ਟੇਕ ਕੇ ਉੱਠੀਏ, ਕੰਬਦਾ ਹੋਇਆ ਹੱਥ ਭਰਜਾਈ ਦੇ ਮੋਢੇ 'ਤੇ ਆ ਰੱਖੇ, ਰੋ ਰੋ ਕਿਆ ਦੀਏ, ਭਰਜਾਈ ਅੰਮਾ ਭਰਜਾਈ ਅੰਮਾ, ਜਿਹੜੀ ਚੀਜ਼ ਬਚ ਗਈ ਹੈ ਦੇ ਚਾ ਸਾਡੀ ਅੱਲਾ ਨੇ ਫੇਸੀ। ਇਤਨਾ ਮੁਕਾਨ ਕਾਫੀ ਮੁਤਮਿਨ ਆ, ਜਿਹੜੀ ਚੀਜ਼ ਬਚ ਗਈ ਦੇ ਚਾ ਸਾਡੀ ਅੱਲਾ ਨੇ ਫੇਸੀ। ਭਾਈ ਜਾਨ ਮੇਰੀ ਸੈਣ ਰਬਾਬ ਉਹ ਗੰਢ ਚਾਹੀਏ, ਮੇਰੀ ਸੈਣ ਰਬਾਬ ਗੰਢ ਕੋ ਖੇਮੇ ਦੇ ਬਹਿਰ ਸੱਟੇ, ਈ ਜ਼ਾਲਿਮ ਗੰਢ ਕੋ ਖੋਲੇ। ਹੁਣ ਜੱਦੀ ਆਜ਼ਾਦ ਆ ਰਹੀ ਹੈ, ਮੈਂ ਸੈਦ ਦਾ ਇੱਕ ਸਵਾਲ ਲੈਂਦਾ ਜਵਾਬ ਲਿਓ, ਈ ਜ਼ਾਲਿਮ ਜੋ ਗੰਢ ਕੋ ਖੋਲੇ, ਕੋਈ ਸੋਨਾ ਚਾਂਦੀ ਬਰਾਮਦ ਹੋਏ, ਕੋਈ ਜ਼ੇਵਰਾਤ ਭਈ ਅਲਾ ਰਿਵਾਇਆ, ਕੋਈ ਨਕਦੀ, ਮੇਰੇ ਕੋ ਪਾਕ ਮਿੰਬਰ ਦੀ ਕਸਮ ਨਹੀਂ, ਐਲੀ ਅਸਗਰ ਦੇ ਡੂ ਚੋਲੇ ਬਰਾਮਦ ਹੋਏ। ਬਸ ਇਤਨਾ ਮੁਕਾਨ ਕਾਫੀ, ਮੁਸਤਫਾ ਰਾਜ਼ੀ ਆ ਮੈਂ, ਮੌਲਾ ਗਵਾਏ ਗਾਜ਼ੀ ਦਾ ਅਲਮ ਗਵਾਏ, ਮੇਰੇ ਹਿੱਸੇ ਦੀ ਮੁਕਾਨ ਥੀ ਗਈ। ਮੈਂ ਜ਼ਾਕਰੀ ਮਨਵਾਮਣੀ ਨਹੀਂ, ਜ਼ਾਕਰੀ ਪਿੰਦਾ ਖੜਾ, ਐਲੀ ਅਸਗਰ ਦੇ ਡੂ ਚੋਲੇ ਬਰਾਮਦ ਹੋਏ, ਮੇਰੀ ਸੈਣ ਦੀ ਆਵਾਜ਼ ਹੀ ਜ਼ਾਲੇ ਮਾਂ, ਜੇ ਨਾ ਲੁੱਟਿਆ ਮੈਂ ਕੈਦ ਚ ਨਾਲ ਹੋ, ਮੈਂ ਸਦਕੇ ਥੀ ਵਾਂ ਬਹੁਤ ਬੜਾ ਜ਼ਾਕਿਰਾ ਸਾਰੇ ਜ਼ਿਲ੍ਹੇ ਮੁਜ਼ੱਫਰਗੜ੍ਹ ਦਾ, ਮਲਿਕ ਮਨਜ਼ੂਰ ਹੁਸੈਨ ਵਿਗ, ਅੱਲਾ ਉਹਨੇ ਕੋ ਜੰਨਤ ਨਸੀਬ ਫਰਮਾਵੇ। ਯਕੀਨਨ ਸਾਇਆ ਆਲੇ ਮੁਹੰਮਦ ਅਲੀ ਹੁਸੈਨ ਮੌਲਾ ਦੇ ਮਦਾ ਖਾਨ ਜੋ ਹਨ। ਬਈ ਜਨ ਜਨਣ ਹੀ ਮਜ਼ਮੂਨ ਪੜ੍ਹੇ ਨਾ, ਜਨਣ ਹੀ ਪੜ੍ਹੇ ਨਾ, ਉਹ ਪੜ੍ਹਦੀ ਪੜ੍ਹਦੀ ਜਾ ਤੇ ਇੱਕ ਦੁਆ ਮੰਗਦੇ ਹੋਣੇ ਹਨ, ਉਹ ਆਦੇ ਹੋਣੇ ਹਨ, ਦੁਆ ਮੰਗੀ ਕਰੋ ਵਤਨਾ ਤੇ ਬਹਿ ਕੇ ਬੇਵਤਨਾ ਕੋ ਰੋਵਣ ਵਾਲੇ, ਦੁਆ ਮੰਗੀ ਕਰੋ ਸ਼ਾਲਾ ਤੱਸੇ ਦੇ ਘਰ ਕੋ ਭਾ ਨਾ ਲੱਗੇ, ਜਿੱਥਾਂ ਪੀਵਣ ਦਾ ਪਾਣੀ ਨਾ ਹੋਵੇ ਤੇ ਉਹਦੇ ਘਰ ਕੋ ਭਾ ਲੱਗ ਵਣੇ। ਉਹ ਕਾਇਨਾਤ ਕੁਰਬਾਨ ਕਰ ਛੋੜਾ, ਇੱਥੇ ਹੀ ਮੇਰਾ ਦਿਲ ਆ ਦੇ ਇੱਕ ਲਵ ਛੋੜੀ ਖੜਾਮ, ਪਾਕ ਮਿੰਬਰ ਦੀ ਕਸਮ ਮੈਂ ਦੇਦਾ ਖੜਾ, ਹਰ ਅੱਖ ਵੁਜ਼ੂ ਦੀ ਤਿਆਰੀ ਕਰ ਰਹੀ ਹੈ, ਹਰ ਅੱਖ ਪੁਰਨਾਮੇ, ਇੱਕ ਲਵ ਛੋੜੀ ਖੜਾਮ, ਮਗਰ ਤੁਹਾਡੀ ਮੁਹੱਬਤ ਕੋ ਦੇਖ ਕੇ, ਮਤਾ ਕਹੀਂ ਮੋਮਿਨ ਆਜ਼ਾਦਾਰ ਦੀ ਹੁਣ ਤੱਕ ਰੋਵਣ ਵਾਲੀ ਇਬਾਦਤ ਮੁਕੰਮਲ ਨਾ ਹੋਈ ਹੋਵੇ, ਮੈਂ ਉਹ ਲਫ਼ਜ਼ ਦਾ ਇਜ਼ਾਫਾ ਕਰੇ ਨਾ, ਆਦਮ ਤੋਂ ਗਿਣ ਕੇ ਅੱਜ ਤੱਕ ਵਤ ਕਿਆਮਤ ਤੱਕ ਪੂਰੀ ਕਾਇਨਾਤ 'ਚ ਦੀਦ ਮਾਰ, ਜਨਣ ਕੋਈ ਕਹੀਂ ਦਾ ਮਰ ਵਣੇ। ਇੱਕ ਮਜ਼ੀਦ ਵੀ ਮੇਰਾ ਵੀਰਾ ਆਸਾਨ ਕਰ ਛੋੜਾਂ, ਜਨਣ ਕਹੀਂ ਪੁੱਤਰ ਦਾ ਪਿਓ ਮਰ ਵਣੇ। ਵਤ ਕਾਇਨਾਤ ਦਾ ਅਸੂਲ ਏ, ਦਸਤੂਰ ਏ ਜ਼ਮਾਨੇ ਦਾ, ਉਹਦੇ ਵੱਡੇ ਪੁੱਤਰ ਕੋ ਮਰਦਾ ਕੇ ਪੱਗ ਬਧਵੇ ਨੇ। ਤੈਂ ਮੇਰਾ ਲਫ਼ਜ਼ ਹੀ ਨਹੀਂ ਸਮਝਾ, ਜਾਂ ਮੇਰੇ ਨਸੀਬ ਵਿੱਚ ਅੱਜ ਮੁਕਾਨ ਇਤਨਾ ਹੈ ਜਿਤਨਾ ਹੋ ਗਈ। ਸੱਜਾਦ ਕਾਇਨਾਤ ਦੋ ਮਜ਼ਲੂਮ ਈ, ਜੇ ਕੋ ਮਸਤੂਰਾਂ ਪਾਗਾ ਬਧਵਾਈਏ। ਸਦਕੇ ਥੀ ਵਣਾ ਅਲੀ ਦੀ ਧੀ, ਬਲ ਦੇ ਖੇਮੇ ਵਿੱਚ ਪੱਗ ਚਾ ਕੇ ਆ ਕੜਿਆ ਦੀ ਆਖ ਬਾਲ ਮਾਂ ਪੱਗ ਬਧਵਾਉਣ ਆਈ। ਉਹ ਮੈਂ ਕਾਇਨਾਤ ਕੁਰਬਾਨ ਕਰ ਛੋੜਾਂ, ਬਿਲਕੁਲ ਵੈਣ ਦੇ ਕਰੀਬ ਆ ਗਈਆਂ, ਪੰਜ ਤੋਂ ਛੇ ਮਿੰਟ ਮੈਂ ਬੀਆ ਪੜ੍ਹਨੇ, ਮੇਰੇ ਪਾਸੇ ਦੇਖ, ਜਲੇ ਸਭ ਕੁਝ ਜਲ ਗਏ ਸਿਵਾ ਆਸਮਾਨ ਦੇ, ਅਲੀ ਦੀ ਧੀ ਦੇ ਸਰ 'ਤੇ ਵੀ ਆ ਕੋਈ ਸਾਇਆ ਨਹੀਂ ਰਿਹਾ। ਤਾਰੀਖਾ ਦੀ ਆਦਮ ਏ ਸਾਦਾਤ, ਸੈਦ ਏ ਸਜਾਦ ਕੋ ਕੰਢ 'ਤੇ ਚਾ ਕੇ, ਕਰਬਲਾ ਦੇ ਸਾਰੇ ਡੀਂ ਦੇ ਤੱਪੇ ਟਿੱਬੇ 'ਤੇ ਆ ਸਮਾਏ ਅਲੀ ਦੀ ਧੀ। ਹੁਣ ਦੇਖ ਮੇਰੇ ਪਾਸੇ, ਮੈਂ ਸੈਦ ਤੇਰੀ ਹਾਂ ਦਜ਼ਾਮੇ ਨਾ ਬਹੁ, ਸੋਹਣੀ ਮੁਕਾਨ ਪਈ ਥੀਂਦੀ ਏ, ਕੋਈ ਬੀਬੀ ਉੱਥ ਬਹਿ ਕੇ ਬੈਠੀ ਰੋਂਦੀ ਏ, ਕੋਈ ਬੀਬੀ ਉੱਥ, ਕੋਈ ਬੀਬੀ ਉੱਥ, ਉੱਠੀ ਅਲੀ ਦੀ ਧੀ, ਸਬਰ ਕਰੋ ਅਲੀ ਦੀਆਂ ਨੂੰਹਾਂ ਤੇ ਧੀਆਂ, ਸਮਝੋ ਮੇਰੇ ਛੋਟੇ ਛੋਟੇ ਮਾਸੂਮ ਲਾਲ। ਜਣ ਕਾਫੀ ਦੇਰ ਸਕੂਨ ਨਹੀਂ ਆਇਆ, ਮਾਸੂਮਾਂ ਕੋ ਨੀਂਦਰ ਨਹੀਂ ਆਈ, ਵੱਧ ਉੱਠੀਏ ਜਨਾਬ ਫਿਜ਼ਾ ਦਾ ਬਾਜ਼ੂ ਨੱਪੇ, ਇੱਕ ਪਾਸੇ ਗਿਣ ਆਈਏ, ਅੰਮਾ ਅੰਮਾ ਨਾਨਾ ਮੁਹੰਮਦ ਤੇ ਕੋ ਧੀ ਸਨੇ ਦਹਾ ਨਾ, ਬਾਬਾ ਅਲੀ ਅੰਮਾ ਜ਼ਹਰਾ ਤੇ ਕੋ ਭੇਣ ਸਨੇ ਦੇ ਹਨ ਨਾ, ਹਾ ਅਸਾਂ ਭੇਣ ਭੀਰਾ ਮਾਂ ਦੇ ਸਿਵਾ ਨਿਸਲਵੇਂ ਦੇ ਨਾ, ਤਹਿਜ਼ੀਬ ਸਿਖਾਉਣ ਵਾਲਾ ਖਾਨਦਾਨ ਹੈ ਨਾ, ਹਾ ਅੰਮਾ 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 ਉਜੜ ਤਾਂ ਮੈਂ ਉਵੇਂ ਗਈ ਹਾਂ, ਜੇ ਤੂੰ ਆਖੇ ਮੈਂ ਪਾਰਾ ਦੇਵਾਂ, ਅੰਮਾ ਤੂੰ ਮੇਰੀ ਮਾਂ ਏ, ਕਰਬਲਾ ਦੇ ਮੈਦਾਨ 'ਚ ਮੇਰਾ ਵੱਡਾ ਰੀਹਾ ਕੋਈ ਨਹੀਂ, ਅੰਮਾ ਇੱਕ ਹੀ ਮਾਂ ਏ ਜਿਹਦੇ ਗਸ਼ ਤੂੰ ਅੱਖਾਂ ਬੰਦ ਦੇਣ, ਅੰਮਾ ਜੇ ਤੂੰ ਇਜਾਜ਼ਤ ਦੇਵੇਂ ਮੈਂ ਪਾਰਾ ਦੇਵਾਂ। ਜਨਾਬ ਫਿਜ਼ਾ ਦੀ ਆਵਾਜ਼ ਅਲੀ ਦੀ ਧੀ, ਬੇਸ਼ੱਕ ਪਾਰਾ ਦੇ, ਜੋ ਉਜੜੇ ਤੂੰ ਇਤਨਾ ਗਈ ਏ,
मगर मेरा एक सवाल इंदा जवाब ले पूछ मां तू जो पारा देनी है हुन लफ्ज बड़ा नफीस है समझी तू जो पारा देनी है ए अली दिया नूहा ते धिया ए छोटे छोटे मासूम बच्चे कोई तेरे लहजे दे आदि है ना हायो मेरा अल्लाह इन्हों को तो गाजी की आवाज सुरेंद्रा दिए मुल्तान वाले जो गाजी का नाम है राज रुनी है लजपाल अली दी लजपाल दी मेरी सैन की आवाज या मार मान ताई हो ते धी को कि नहीं उचाल वेंदा जो नहीं जीठा अम्मा जे मैं उच्चा बोला मेरी आवाज मेरा लहजा गाजी भीरा नाल मिल दे जड़ा किसने मेरी आवाज गाजी भीरा नाल मिल दिए जनाब फिजा की आवाज अली दी थी जे भीरा नाल आवाज मिल दिए वत दे पारहा यारी दी रात करबला दा मैदान है तारीख आदि मेरी मखदूम दे सर ते चादर हे कोई ना और तेरी मर्जी जी में दिल आके सुन मेरी मखदूम दे वाल खुले होए सजिया ते सड़ी हुई चोबे पहला चक्कर वलिए हकल मार क्या दिया लाफिज वाले हफीज मुल्तान आले और रो के वदिया दिए समझो मेरे लाल यो अरमाने समवड़ा ला फुरात किनारे ते सम गए ओ इज्जतदार वाली दीदी भी है चक्कर वाली है फुरात ते पासे मुंह करके आ दिए गाजी वो तू ही मेरे दरवाजे दा पारेदार में आज यारी दी रात ने एक मैं केदा सोना पारा बने निया ओ मैं सदके थी मना गाजी तू ही तो मेरे दरवाजे दा पारेदार में यारी दी रात आज दी रात ने एक मैं केदा सोना पारा पहने निया ओ इज्जत दारो चला बेगाजी दी लाश करवट बदलिए कब्बे गले चवाजिए मौला हुसैन उड़े तने एक गाजी दी सेन पारे वदीरे इंज नहीं मौला उड़े तरे एक गाजी दी मखदूमा पारा पहने दी है ओ इज्जत दारो मेरी मखदूमा भी है चक्कर वाली है फिजा कोला क्या दिया ली दीदी तू पारे विच मसरूफ है उड़े तरे कोई घोड़े सवार भी आंदे ओ इज्जत दारो सवार दा नाम है मेरी सेन दी आवाज है अम्मा मैं पारे विच मसरूफ आवन सवार गुरोक जनाब फिजा उतां है जिता सवार सवार सुबह दे जो लुटन लगियो मैं कूड़ा सा इन्ना गरीबा दा जुर्म के सदके थी वना तैयारी कर आखरी डुवेन सुबह ते जो लुटन लगियो सुबह ते जो लुटन लगियो इना गरीबां दा जुर्म केड़ा है बाबा सवार नहीं रुकिया वतफिजा उबाले कदम चा के उठाइए जिता मखदूमा पारे विच मसरूफ आई उच्चा वेण कर किया दी अली दीदी यो अरमाने सवार नहीं रुकदा अम्मा मिन्नत ता करिया मिन्नत भी कीती पर सवार नहीं रुकदा मेरी सेण दी आवाज अम्मा उजड़ ता मैं उए गईया अम्मा तू चुप पकड़ मैं आप रुके निया मखदूमा उताई जिता सवार पियांदा सजिया दे नाल घोड़े दिवागे छत पाएस कमियत नाल पर्दा बढ़ाएस उच्चा वेण कर क्या दिए सवार रुकवन मैं गाजी दी भेड़ा सदके रुकवन मैं गाजी दी भेड़ा गाजी दा नाम है सवार दा मत्था कोई त्या लगे आवाज ये बीबी वल डसा केंदी भेड़े ओ मुल्तान आलियो वसदे वेले कोई पूछे साना केंदी भेड़े बड़े फखर नाला दी मैं हसन अमीर दी भेड़ा मैं हुसैन बादशाह दी भेड़ा मैं सदके थी जरा उजड़ गई है ना सवार पूछे केंदी भेड़े आदि अमीर गरीब में दे राने शरीफा ते वक्त आ में दे राने
मैं अलमा ले अब्बास दी भेणा। सवार दी आवाज ये मेरा छेकड़ी सवाल ही मेरे को दस तू धी कहदी है हुण तेरी मर्जी जीवें सोण ही आइंदा सदका मालिक शहीद दर्जात बुलंद करे मेरे भिरा मलिक मुरीद तौफीकात जी इजाफा फरमावे नजरे बात तो महफूज रखे मैं तो दुआ मंगवा छोड़ी कहदी थी है मेरी सैन दी आवाज ये मैं अली बादशाह दी थी हाँ अली दा नाम है सवार चेहरे तो नकाब हटे आवाज ये ज़ैनब मे को सुन मैं अली हाँ ओ मैं सदके थी वन पता लगे ना जो मेरे को बाबा मिलना है मेरी मखदूमा बाबे दे सामने रो के एक वैण की ते रो क्या दिए तू आए वेले बाबा नहीं आखरी दा आखरी वेन तैयारी करा जी में आता है हुए तैयारी करा रो रो के खड़िया दिए तू आए हुए ले बापा अगला वेन जागरा लुटाई रोमल ने मैं लख दफा खां मकसद रोमल नाले मकसद इबादत नाले अगला मेन पूरी तवज्जो नाल झोली फैला के सुनने रो के खड़िया दिए तू आए वेले बाबा जादरा लुटाई खड़िया दुआ मांग मारे बने दारों चरण बीबिया को पता लगाए जो नजब दवाली सा को मिलना है कहीं कदम त्यातला के सलाम की कहीं मत्ते त्यातला के सलाम की है चार साल दी दी है हुसैन दी जड़ी दा कदम परे खड़ी नुआयत करना तला के कड़िया दिए दादा वो जे नाराज न थी वे तो यतीम सकीना दा सलाम इज्जतदारा सैयद दी आवाज या मेरी जी ते कुहान ना लामा दारे दे सामने आ खड़िए रोकया दे दादा हे करमान तेरी सकीना को कबर दे कंधा तक ना बुलची बचला केड़ा अरमान मेरी सेण उच्चा वेण करके आ दे मैं कुआ कबर दे जागीर दम हाय शिमार तमा जे मारे ना मैं कुआ कबर दे जागीर दम हाय शिमार मेरे कान जख्मी मेरा गल जख्मी।